रिस्पेक्टेड जजेस, मैं अनीता गर्ग, साइंस मिनिस्टर्स, सरकारी सीनियर सेकेंडरी स्कूल संधुपति बरनाला तो हाँ। मैं अज दे इस टीचर फेस्ट 2021 दे विच अपनी एक टीचिंग एड लैके पेश हुई हाँ। असी सारे ही जानते हाँ कि विज्ञान एक गुंझलदार विशा है। इस नूं रोचक अते सरल बनाउण लई जेकर असी इहनूं खेड क्रियां वाले विद्यार्थियों सिखावांगे तां उहनां दे जहन विच इह लंबे समय तक ज्ञान रहेगा। इसे कोशिश नूं बरकरार रखते हुए मैं एक अपनी टीचिंग एड तैयार की है जो कि परमाणु दी बनतर दे उत्ते है, स्ट्रक्चर ऑफ एटम। इस खेड क्रिया राही विद्यार्थी परमाणु विच मौजूद प्रोटॉन, न्यूट्रॉन अते इलैक्ट्रॉनां दी स्थिति बारे जान लैणगे अते नाल ही उहनां नूं इलैक्ट्रॉनिक तरतीब दा जो सूत्र है उसके ज्ञान बारे पता लगेगा ते विद्यार्थी इस नाल परमाणु दी बनतर बारे चंगी तरह जान लैणगे। इस कोशिश लई असीं ने इस विच 1 तों लैके 18 तक दे जिहड़े तत् ने उहनां नूं स्थापित किया है जिस विच उहनां दे संकेत परमाणु अंक परमाणु पुंज इलैक्ट्रॉन प्रोटॉन अते न्यूट्रॉन दी वंड है जिहड़ी उह दस्सी हुई है वी किन्ने किन्ने इलैक्ट्रॉन। ਤਾਂ ਇਸ ਵਿੱਚ ਜਦੋਂ ਅਸੀਂ ਕਿਸੇ ਵਿਦਿਆਰਥੀ ਨੂੰ ਬੁਲਾਵਾਂਗੇ ਕਲਾਸ ਵਿੱਚੋਂ, ਮੰਨ ਲਓ ਅਸੀਂ ਕਿਸੇ ਵਿਦਿਆਰਥੀ ਨੂੰ ਬੁਲਾਉਂਦੇ ਹਾਂ ਉਹਨੂੰ ਕਹਿੰਦੇ ਹਾਂ ਵੀ ਬੋਰਾਨ ਤੱਤ ਦੀ ਕਨਫੀਗਰੇਸ਼ਨ ਹੈ ਜਿਹੜੀ ਪਰਮਾਣੂ ਦੀ ਬਣਤਰ ਹੈ ਜਿਹੜੀ ਉਹ ਬਣਾ ਕੇ ਦੇਗਾ ਤਾਂ ਵਿਦਿਆਰਥੀ ਇਸ ਚਾਰਟ ਦੀ ਸਹਾਇਤਾ ਨਾਲ ਇਸ ਵਿੱਚ ਮੌਜੂਦ ਇਲੈਕਟ੍ਰੋਨ ਪ੍ਰੋਟਾਨ ਅਤੇ ਨਿਊਟ੍ਰੋਨਾਂ ਦੀ ਗਿਣਤੀ ਬਾਰੇ ਗਿਆਨ ਪ੍ਰਾਪਤ ਕਰ ਲਵੇਗਾ ਅਤੇ ਇਹਨਾਂ ਕੱਚ ਦੇ ਗੋਲਿਆਂ ਦੀ ਸਹਾਇਤਾ ਨਾਲ ਉਹਨਾਂ ਨੂੰ ਇਸ ਵਿੱਚ ਅਰੇਂਜ ਕਰਨ ਦੀ ਕੋਸ਼ਿਸ਼ ਕਰੇਗਾ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਸ ਵਿੱਚ ਜੋ ਪ੍ਰੋਟਾਨ ਨੇ ਉਹ ਹੈ 5 ਨੇ, ਤਾਂ ਇਸ ਤਰ੍ਹਾਂ ਵਿਦਿਆਰਥੀ ਇਸ ਵਿੱਚ 5 ਪ੍ਰੋਟਾਨ ਰੱਖੇਗਾ, 6 ਨਿਊਟ੍ਰੋਨ ਰੱਖੇਗਾ, 6 ਨਿਊਟ੍ਰੋਨ ਰੱਖੇਗਾ ਅਤੇ 5 ਹੀ ਇਸ ਵਿੱਚ ਇਲੈਕਟ੍ਰੋਨ ਹੁੰਦੇ ਨੇ ਜਿਸ ਰਾਹੀਂ ਉਸਨੂੰ ਦੱਸਿਆ ਜਾਵੇਗਾ ਕਿ ਪਹਿਲੇ ਵਿੱਚ 2 ਰੱਖਣੇ ਹਨ ਪਹਿਲੇ ਸ਼ੈਲ ਦੇ ਵਿੱਚ ਅਤੇ ਬਾਕੀ ਦੇ ਦੂਸਰੇ ਸ਼ੈਲ ਦੇ ਵਿੱਚ ਨੇ ਜੋ ਸਥਾਪਿਤ ਕੀਤੇ ਜਾਣ। ਇਸ ਤਰ੍ਹਾਂ ਜਦੋਂ ਖੇਡ ਕਿਰਿਆ ਰਾਹੀਂ ਉਹ ਇਸ ਤਰ੍ਹਾਂ ਦੀ ਕਿਰਿਆ ਕਰੇਗਾ ਤਾਂ ਉਸਨੂੰ ਪ੍ਰਯੋਗਿਕ ਟੇਬਲ ਦੇ ਵਿੱਚ ਉਸ ਤੱਤ ਦੀ ਸਥਿਤੀ ਬਾਰੇ ਵੀ ਪਤਾ ਲੱਗੇਗਾ ਵੀ ਉਸਨੂੰ ਉਹ ਪੋਜੀਸ਼ਨ ਕਿਉਂ ਦਿੱਤੀ ਗਈ ਹੈ। ਉਸਨੂੰ ਇਹ ਪਤਾ ਲੱਗ ਜਾਵੇਗਾ ਕਿ ਪ੍ਰਯੋਗਿਕ ਟੇਬਲ ਹੈ ਜੋ ਆਧੁਨਿਕ ਪ੍ਰਯੋਗਿਕ ਟੇਬਲ ਹੈ ਉਹ ਪਰਮਾਣੂ ਅੰਕ ਦੇ ਉੱਤੇ ਆਧਾਰਿਤ ਹੈ। ਇਸ ਤਰ੍ਹਾਂ ਵਿਦਿਆਰਥੀ ਇਸ ਕਿਰਿਆ ਰਾਹੀਂ ਜਿੱਥੇ ਪਰਮਾਣੂ ਦੀ ਬਣਤਰ ਬਾਰੇ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਕਰ ਲੈਣਗੇ, ਉਸ ਵਿੱਚ ਮੌਜੂਦ ਸਬ ਐਟੋਮਿਕ ਪਾਰਟੀਕਲਸ ਬਾਰੇ ਪਤਾ ਕਰ ਲੈਣਗੇ ਤੇ ਉਹਨਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਵੱਖਰੇ ਵੱਖਰੇ ਤੱਤਾਂ ਦੇ ਪਰਮਾਣੂ ਨੇ ਜੋ ਵੱਖਰੇ ਵੱਖਰੇ ਹੁੰਦੇ ਹਨ ਤੇ ਉਹਨਾਂ ਵਿੱਚ ਸਾਰਿਆਂ 'ਚ ਪ੍ਰੋਟਾਨਾਂ, ਨਿਊਟ੍ਰੋਨਾਂ ਅਤੇ ਇਲੈਕਟ੍ਰੋਨਾਂ ਦੀ ਗਿਣਤੀ ਹੈ ਜੋ ਉਹ ਵੱਖਰੀ ਹੁੰਦੀ ਹੈ। ਇਸ ਤਰ੍ਹਾਂ ਨਾਲ ਵਿਦਿਆਰਥੀ ਪ੍ਰਯੋਗਿਕ ਟੇਬਲ ਦੇ ਵਿੱਚ ਉਹਨਾਂ ਦੇ ਮੌਜੂਦਗੀ ਬਾਰੇ ਵੀ ਪਤਾ ਲਗਾ ਸਕਦੇ ਨੇ। ਇਸ ਤਰ੍ਹਾਂ ਦੀ ਖੇਡ ਕਿਰਿਆ ਰਾਹੀਂ ਜਿੱਥੇ ਵਿਦਿਆਰਥੀ ਨੂੰ ਪ੍ਰਮਾਣੂ ਦੀ ਬਣਤਰ ਬਾਰੇ ਪਤਾ ਲੱਗ ਰਿਹਾ ਹੈ ਨਾਲ ਨਾਲ ਪ੍ਰਯੋਗਿਕ ਟੇਬਲ ਬਾਰੇ ਵੀ ਗਿਆਨ ਪ੍ਰਾਪਤ ਹੋ ਰਿਹਾ ਹੈ। ਇਸ ਖੇਡ ਕਿਰਿਆ ਰਾਹੀਂ ਵਿਦਿਆਰਥੀ ਸਾਰੇ ਦੇ ਸਾਰੇ ਤੱਤਾਂ ਦੇ ਪ੍ਰਮਾਣੂ ਬਣਤਰ ਬਾਰੇ ਗਿਆਨ ਹਾਸਲ ਕਰ ਲੈਣਗੇ ਅਤੇ ਇਜ਼ਲੀ ਇਸ ਨੂੰ ਸਿੱਖ ਲੈਣਗੇ। ਜਦੋਂ ਉਹਨਾਂ ਦੇ ਜ਼ਿਹਨ ਵਿੱਚ ਇਹ ਕਿਰਿਆ ਬੈਠ ਜਾਵੇਗੀ ਤਾਂ ਅਸੀਂ ਉਹਨਾਂ ਦੀ ਪ੍ਰੀਖਿਆ ਲਈ ਕੁਝ ਕੁ ਕੁਐਸਚਨ ਵੀ ਤਿਆਰ ਕੀਤੇ ਨੇ